ਸੰਤਪੁਰ ਦਾ ਜੱਬੜ ਡੇਰਾ ਸੰਤ ਬਾਬਾ ਭਾਗ ਸਿੰਘ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਕਰਵਾਏ ਸਾਲਾਨਾ ਕੇਂਦਰੀ ਸਮਾਗਮ ਮੌਕੇ ਡਾਕਟਰ ਸਤਪਾਲ ਸਿੰਘ ਪੁਲਵਾਮਾ ਕਸ਼ਮੀਰ ਦੀ ਅਗਵਾਈ ਹੇਠ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾਕਟਰ ਸਤਪਾਲ ਸਿੰਘ ਨੇ ਕਿਹਾ ਕਿ 3 ਦਿਨ ਲਗਾਤਾਰ ਚੱਲੇ ਇਸ ਕੈਂਪ ਵਿੱਚ 200 ਦੇ ਕਰੀਬ ਲੋਕਾਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਦੰਦਾਂ ਦੀ ਸਾਂਭ ਸੰਭਾਲ ਦੇ ਤਰੀਕਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਡਾਕਟਰ ਅਮਰੀਕ ਸਿੰਘ ਵੱਲੋਂ 150 ਦੇ ਕਰੀਬ ਮਰੀਜ਼ਾਂ ਦਾ ਜਨਰਲ ਮੈਡੀਕਲ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾਕਟਰ ਅਪੂਰਵਾ ਅਤੇ ਡਾਕਟਰ ਸ਼ੈਰਨ ਤੋਂ ਇਲਾਵਾ ਹੋਰ ਮੈਡੀਕਲ ਸਟਾਫ ਮੈਂਬਰ ਹਾਜ਼ਰ ਸਨ। ਲੁਧਿਆਣਾ ਦੇ ਵੱਖ ਵੱਖ ਹਿੰਦੁਸਤਾਨ ਦੇ ਵਿੱਚ ਵੱਖ ਵੱਖ ਸਰਕਲ ਨੇ ਇਹ ਸਰਕਲ ਪੁਲਵਾਮਾ ਕਸ਼ਮੀਰ ਦੇ ਸੰਸਥਾ ਦੇ ਮੈਂਬਰਾਂ ਵੱਲੋਂ ਇੱਕ ਵਿਸ਼ੇਸ਼ ਡੈਂਟਲ ਚੈੱਕਅਪ ਕੈਂਪ ਅਵੇਅਰਨੈਸ ਕੈਂਪ ਲਵਾਇਆ ਗਿਆ ਹੈ। ਇਸ ਕੈਂਪ ਦੇ ਵਿੱਚ 10 ਆਪਣੀ ਟੀਮ ਦਿੱਲੀ ਤੋਂ ਲੈ ਕੇ ਆਇਆ ਹੋਇਆ ਹੈ ਤਾਂ ਜੋ ਫ੍ਰੀ ਦੇ ਵਿੱਚ ਲੋਕਾਂ ਦਾ ਇੱਥੇ ਜਿੰਨੇ ਵੀ ਵੀਰ ਸਾਡੇ ਆਏ ਨੇ ਕੋਈ ਵੀ ਸੰਗਤ ਆਈ ਹੋਈ ਆ ਉਹਨਾਂ ਦਾ ਫ੍ਰੀ ਦੇ ਵਿੱਚ ਚੈੱਕਅਪ ਹੋ ਜਾਵੇ ਅਤੇ ਉਹਨਾਂ ਨੂੰ ਦੰਦਾਂ ਦੀ ਤਕਲੀਫਾਂ ਨਾਲੋਂ ਅਵੇਅਰਨੈਸ ਕਰਵਾਇਆ ਜਾਵੇ ਆਪਾਂ ਕਿਵੇਂ ਦੰਦਾਂ ਨੂੰ ਬਚਾ ਕੇ ਰੱਖਣਾ, ਕਿਉਂਕਿ ਦੰਦ ਬਹੁਤ ਹੀ ਜ਼ਰੂਰੀ ਹਨ ਆਪਣੇ ਮੂੰਹ ਦੇ ਵਿੱਚ। ਦੰਦਾਂ ਨੂੰ ਆਪਾਂ ਬਚਾ ਕੇ ਰੱਖਾਂਗੇ ਤਾਂ ਵਧੀਆ ਢੰਗ ਨਾਲ ਰੋਟੀ ਖਾ ਸਕਾਂਗੇ ਅਤੇ ਅਸੀਂ ਸਾਰਿਆਂ ਲੋਕ ਜਿੰਨੇ ਵੀ ਇੱਥੇ ਆਪਣੇ ਕੋਲ ਸੰਗਤ ਆਈ ਸੀ ਸਾਰਿਆਂ ਨੂੰ ਚੰਗੀ ਤਰ੍ਹਾਂ ਦੰਦਾਂ ਦਾ ਸਮਝਾਇਆ ਕਿ ਦੰਦਾਂ ਦੀ ਕਿਵੇਂ ਸੰਭਾਲ ਕਰਕੇ ਰੱਖਣੀ ਹੈ ਹੋਰ ਦੰਦਾਂ ਦਾ ਅੱਗੇ ਬਚਾਓ ਕਿਵੇਂ ਕਰਨਾ ਹੈ। ਆਪਾਂ ਨਾ ਤਾਂ ਕਿਸੇ ਕੰਪਨੀ ਦੀ ਪ੍ਰਮੋਸ਼ਨ ਲਈ ਇੱਥੇ ਆਏ ਹੋਏ ਹਾਂ ਪਰ ਜਨਰਲ ਅਵੇਅਰਨੈਸ ਲਈ ਅਸੀਂ ਇਹ ਕਹਾਂਗੇ ਤੁਸੀਂ ਜਿੰਨਾ ਇੰਨਾ ਸਿੰਪਲ ਟੂਥਪੇਸਟ ਵਰਤੋ, ਨੋਰਮਲ ਤੋਂ ਨੋਰਮਲ ਕੋਲਗੇਟ ਹੋਏ, ਕਲੋਜ਼ਅਪ ਹੋਏ, ਪੈਪਸੋਡੈਂਟ ਹੋਏ, ਉਹਦਾ ਸਿੰਪਲ ਟੂਥਪੇਸਟ ਵਰਤੋਂ। ਕੋਈ ਵੀ ਲੌਂਗ ਵਾਲੀ ਪੇਸਟ ਜਿਵੇਂ ਦੰਤ ਕਾਂਤੀ ਰਾਮ ਬਾਬਾ ਰਾਮਦੇਵ ਦੀ ਜਾਂ ਕਿਸੇ ਵੀ ਸੰਸਥਾ ਦੀ ਵੀ ਕੋਈ ਵੀ ਲੌਂਗ ਵਾਲੀ ਪੇਸਟ ਹੋ ਗਈ ਜਾਂ ਕਿਸੇ 'ਚ ਕਹਿੰਦੇ ਜੀ ਇਹਦੇ ਨਾਲ ਦੰਦ ਜ਼ਿਆਦਾ ਚਿੱਟੇ ਹੋ ਜਾਂਦੇ ਨੇ, ਉਹ ਵਰਤਣ ਦੀ ਲੋੜ ਨਹੀਂ ਹੈਗੀ ਹੈ ਕਿਉਂਕਿ ਉਹ ਅੱਗੇ ਜਾ ਕੇ ਲੌਂਗ ਟਰਮ ਬਾਅਦ ਨਾ ਜਦੋਂ ਤੁਸੀਂ 6 ਮਹੀਨੇ ਸਾਲ 2 ਸਾਲ ਉਹਦਾ ਯੂਜ਼ ਕਰਦੇ ਹੋ ਉਹ ਤੋਂ ਬਾਅਦ ਉਹਨੇ ਤੁਹਾਨੂੰ ਨੁਕਸਾਨ ਦੱਸਣੇ ਨੇ ਜਦੋਂ ਉਹ ਮਸੂੜੇ ਗਾਲ ਦੂ। ਕਿਉਂਕਿ ਆਪਾਂ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਜਦੋਂ ਵੀ ਦੰਦ 'ਚ ਕਿਤੇ ਤਕਲੀਫ ਹੁੰਦੀ ਸੀ ਇੱਕ ਲੌਂਗ ਰੱਖ ਲਓ ਦੰਦ 'ਚ ਅਤੇ ਦਰਦ ਠੀਕ ਹੋ ਜਾਂਦੀ ਸੀ, ਉਹਨਾਂ ਪੇਸ਼ੈਂਟਾਂ ਦੇ ਵਿੱਚ ਨਾ ਉਹਨਾਂ ਨੇ ਲੌਂਗ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਹੋਈ ਹੈ। ਉਹ ਨਾਲ ਪੇਸ਼ੈਂਟ ਨੂੰ ਤਾਂ ਥੋੜ੍ਹੀ ਦੇਰ ਰਿਲੀਫ ਮਿਲ ਜਾਂਦੀ ਹੈ ਪਰ ਉਹ ਅੱਗੇ ਜਾ ਕੇ ਉਹਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਸਾਡੀ ਸਾਰਿਆਂ ਨੂੰ ਰਿਕੁਐਸਟ ਹੈਗੀ ਹੈ ਸਿੰਪਲ ਪੇਸਟ 10 ਰੁਪਏ 20 ਰੁਪਏ ਵਾਲੀ ਜਿਹੜੀ ਨੋਰਮਲ ਪੇਸਟ ਹੈ ਉਹ ਵਰਤੋ ਪਰ 2 ਟਾਈਮ ਪੇਸਟ ਕਰੋ। ਠੀਕ ਹੈ ਜੀ। ਇਹ ਸਨ ਡਾਕਟਰ ਸਾਹਿਬ ਦੇ ਕੀਮਤੀ ਸੁਝਾਓ ਕਿ ਤੁਸੀਂ ਜਿਹੜੇ ਹੈ ਨਵੇਂ ਤੋਂ ਨਵੇਂ ਜਿਹੜੇ ਆ ਰਹੇ ਆ ਉਹ ਟੂਥਪੇਸਟ ਨਹੀਂ ਵਰਤਣੇ ਆ, ਜਿਹੜੇ ਸਿੰਪਲ ਹੈਗੇ ਆ ਉਹ ਵਰਤਣੇ ਹੈ। ਸੋ ਡਾਕਟਰ ਸਾਹਿਬ ਦਾ ਆਪਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਾਡੇ ਦਰਸ਼ਕਾਂ ਨੂੰ ਕੀਮਤੀ ਸੁਝਾਅ ਦਿੱਤੇ ਨੇ ਆਪਣੇ ਦੰਦਾਂ ਦੀ ਸੰਭਾਲ ਵਾਸਤੇ। ਧੰਨਵਾਦ।